ਕੀ ਨਾਮ ਆ ਜੀ? ਹਰਜਿੰਦਰ ਸਿੰਘ ਜੀ। ਹਰਜਿੰਦਰ ਸਿੰਘ ਜੀ, ਕੀ ਹੋਇਆ ਬੇਟੇ ਨੂੰ? ਬਸ ਜੀ, ਕਰਜ਼ੇ ਕਾਰਨ ਖੁਦ ਵੀ ਕਰ ਗਿਆ ਜੀ, ਪਰੇਸ਼ਾਨ ਰਹਿੰਦਾ ਸੀਗਾ ਜੀ। ਕਿੰਨਾ ਕਰਜ਼ਾ ਸੀਗਾ ਉਹਨਾਂ ਜੀ? 65,000 ਸੀਗਾ ਜੀ, ਬਾਕੀ ਰਿਸ਼ਤੇਦਾਰਾਂ ਤੋਂ ਫੜਿਆ ਹੋਇਆ 40-50,000 ਰੁਪਈਆ ਜੀ। ਕੀ ਮੰਗ ਕਰਦੇ ਸਰਕਾਰ? ਬਸ ਜੀ, ਸਾਡਾ ਬੇਟਾ ਦਾ ਗੁਜ਼ਰ ਗਿਆ, ਨੂੰ ਮਿਲ ਜਾਵੇ ਜੀ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਕਿਰਨਜੋਤ ਸਿੰਘ ਹੈ। ਕਿਰਨਜੋਤ ਜੀ, ਕੀ ਹੋਇਆ ਤੁਹਾਡੇ ਪਿੰਡ ਦਾ? ਸਾਡੇ ਪਿੰਡ ਅੱਜ ਸ਼ਾਮੀ 4 ਵਜੇ ਜਸਦੀਪ ਸਿੰਘ ਨਾਂ ਦਾ ਨੌਜਵਾਨ, ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। 1.5 ਕਿੱਲਾ ਉਹਦੇ ਕੋਲ ਜ਼ਮੀਨ ਸੀ। ਕੁਛ ਆ ਪਿਛਲੇ 2 ਸਾਲਾਂ ਤੋਂ ਉਹਦੀ ਫਸਲ ਖਰਾਬ ਹੋ ਗਈ, ਐਤਕੀ ਕਣਕ ਖਰਾਬ ਹੋ ਗਈ ਆ ਉਹਦੀ। ਉਹ ਚੀਜ਼ ਦਾ ਉਹਨੂੰ ਡਿਪਰੈਸ਼ਨ ਸੀ, ਕੁਛ ਕਰਜ਼ਾ ਸੀ, ਕੋਈ ਸੁਸਾਇਟੀ ਦਾ ਸੀ, ਕੁਛ ਰਿਸ਼ਤੇਦਾਰਾਂ ਦੇ 7,000 ਰੁਪਏ ਫੜੇ ਸੀ। ਉਹ ਚੀਜ਼ ਦੇ ਕਰਕੇ ਉਹਨੇ ਡਿਪਰੈਸ਼ਨ 'ਚ ਆ ਕੇ ਅੱਜ ਸੁਸਾਈਡ ਕਰ ਲਈ। ਪਰਿਵਾਰ ਦੀ ਕਿੱਦਾਂ ਦੀ ਹਾਲਤ ਆ? ਪਰਿਵਾਰ ਗਰੀਬ ਪਰਿਵਾਰ ਹੈ ਜੀ, 1.5 ਕਿੱਲਾ ਜ਼ਮੀਨ ਆ ਸਾਰਾ। ਇਹ ਪਿਓ ਆਉਂਦਾ ਅਤੇ ਇਹ ਵੀ ਬਿਮਾਰ ਰਹਿੰਦਾ, ਇਹਦੀ ਦਵਾਈਆਂ ਦਾ ਵੀ ਖਰਚ ਉਹ ਕਰ ਰਿਹਾ ਸੀਗਾ। ਉਹ ਚੀਜ਼ਾਂ ਕਰਕੇ ਉਹਨੇ ਆਹ ਕੰਮ ਕੀਤਾ। ਕੀ ਹੋਇਆ, ਕੀ ਸੀਗਾ ਮੇਨ ਵੀ ਅੱਜ ਜਿਵੇਂ ਡੈਥ ਹੋਈ ਆ, ਕਿਸ ਕਾਰਨ ਸੀਗਾ ਮੇਨ ਉਹਦਾ? ਕਾਰਨ ਤਾਂ ਮੇਨ ਜੀ ਆਹੀ ਸੀਗਾ, ਜੋ ਕਰਜ਼ਾ ਹੋਇਆ ਸੀ ਉਹਦੇ ਫਿਰ ਐਤਕੀ ਕਣਕ ਖਰਾਬ ਹੋ ਗਈ ਉਹਦੀ, ਅਤੇ ਉਹ ਚੀਜ਼ ਨੂੰ ਥੋੜ੍ਹਾ ਉਹ ਜ਼ਿਆਦਾ ਉਹ ਲੈ ਗਿਆ ਡਿਪਰੈਸ਼ਨ 'ਚ ਸੀ। ਉਹ ਚੀਜ਼ ਦਾ ਆਮ ਗੱਲ ਕਰਦਾ ਹੁੰਦਾ ਸੀ ਵੀ ਕਣਕ ਮੇਰੀ ਨੁਕਸਾਨ ਹੋ ਗਿਆ, ਵੀ ਨਿਕਲੀ ਨਹੀਂ ਹੈਗੀ। ਅਤੇ ਅੱਜ ਉਹ ਘਰ ਇਹਦਾ ਉਹਦਾ ਆਪਦੇ ਪਿਓ ਨੂੰ ਉਹਨੇ ਦੁਕਾਨ 'ਤੇ ਦਵਾਈਆਂ ਵਾਲੇ ਦੇ ਪੈਸੇ ਦੇਣ ਭੇਜਿਆ, ਵੀ ਦੇ ਆ ਬਹਾਨੇ ਨਾਲ ਘਰੋਂ ਭੇਜਤਾ, ਅਤੇ ਆਹ ਪਿੱਛੋਂ ਉਹਨੇ ਆ ਕੇ ਘਰ ਗਲਫਾ ਲੈ ਕੇ। ਪਰਿਵਾਰ ਦੇ ਵਿੱਚ ਕੌਣ ਕੌਣ ਨੇ? ਪਰਿਵਾਰ 'ਚ ਇਕਲੌਤਾ ਸੀ ਜੀ, ਉਹ ਮਾਂ ਪਿਓ ਨੇ ਬਸ, ਇਕਲੌਤਾ ਮੁੰਡਾ ਸੀ, ਨਾ ਭੈਣ ਨਾ ਭਾਈ, ਇਕਲੌਤਾ ਬੇਟਾ। ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਪਰਿਵਾਰ ਗਰੀਬ ਆ, ਇਸਦੀ ਬਾਂਹ ਫੜੀ ਜਾਵੇ, ਜਿੰਨਾ ਹੋ ਸਕੇ ਵੱਧ ਤੋਂ ਵੱਧ ਇਹਨਾਂ ਦੀ ਜੋ ਕਰਜ਼ਾ ਉਹ ਮਾਫ਼ ਕੀਤਾ ਜਾਵੇ, ਅਤੇ ਇਹਨਾਂ ਦੀ ਆਰਥਿਕ ਤੌਰ 'ਤੇ ਜੋ ਵੀ ਸੰਭਵ ਮਦਦ ਹੋ ਸਕਦੀ। ਜਿਵੇਂ ਸਰਕਾਰ ਨੇ ਕਿਹਾ ਸੀਗਾ ਵੀ